ਪੰਜਾਬ ਦੇ ਵਿੱਚ ਅੱਜ ਦਿਨ ਗੈਂਗਸਟਰ ਜਿਹੜੇ ਨੇ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਨੂੰ ਧਮਕੀਆਂ ਦਿੰਦੇ ਹੋਏ ਨਜ਼ਰ ਆਉਂਦੇ ਨੇ ਅਲੱਗ-ਅਲੱਗ ਪੋਸਟਾਂ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਔਰ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਮੂੰਹ ਤੇ ਉਂਗਲ ਤਰੀ ਚੁੱਪੀ ਧਾਰੀ ਬੈਠਾ ਹੋਇਆ ਹੈ ਉਹਨਾਂ ਦੇ ਖਿਲਾਫ ਕੋਈ ਵੀ ਮੁਸਤੈਦੀ ਨਹੀਂ ਵਰਤੀ ਜਾ ਰਹੀ ਇਹ ਪੋਸਟਾਂ ਕਿੱਥੋਂ ਪੈ ਰਹੀਆਂ ਨੇ ਇਹ ਪੋਸਟਾਂ ਕੌਣ ਪਾ ਰਿਹਾ ਸੋਸ਼ਲ ਮੀਡੀਆ ਤੇ ਅਕਾਊਂਟ ਕਿੱਥੋਂ ਰਨ ਕੀਤਾ ਜਾ ਰਿਹਾ ਹੈ ਕੌਣ ਇਹਨਾਂ ਅਕਾਊਂਟਸ ਨੂੰ ਚਲਾ ਰਿਹਾ ਹੈ ਕਿਸੇ ਨੂੰ ਕੋਈ ਵੀ ਖਬਰ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੀਆਂ ਭਰਤੀਆਂ ਆਰਮੀ ਦੀ ਭਰਤੀ ਹੋਰ ਡਿਪਾਰਟਮੈਂਟਸ ਦੇ ਵਿੱਚ ਜਿਹੜੀ ਭਰਤੀ ਹੈ ਉਹ ਅਸੀਂ ਸੁਣੀ ਹੋਵੇਗੀ ਪਰ ਗੈਂਗਸ ਦੇ ਵਿੱਚ ਭਰਤੀ ਜਿਹੜੀ ਹੈ ਇਹਨਾਂ ਗੈਂਗਸਰਸ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਬੰਬੀਹਾ ਗਰੁੱਪ ਵੱਲੋਂ WhatsApp ਨੰਬਰ ਜਾਰੀ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਤੁਸੀਂ ਜੇਕਰ ਸਾਡੀ ਗੈਂਗ ਦੇ ਵਿੱਚ ਸ਼ਾਮਲ ਹੋਣਾ ਤਾਂ ਤੁਸੀਂ ਇਸ WhatsApp ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ WhatsApp ਨੰਬਰ ਨੂੰ ਸ਼ਰੇਆਮ ਸੋਸ਼ਲ ਮੀਡੀਆ ਦੇ ਉੱਤੇ ਉਸ ਪੋਸਟ ਦੇ ਵਿੱਚ ਬੰਬੀਹਾ ਗਰੁੱਪ ਵੱਲੋਂ ਪੋਸਟ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਰੰਗੀ ਤੁਹਾਨੂੰ ਦੱਸ ਦਈਏ ਕਿ ਹੁਣ ਗੋਲਡੀ ਬਰਾੜ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਗੋਲਡੀ ਬਰਾੜ ਵੱਲੋਂ ਫੋਨ ਕਰਕੇ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ ਉਹਨਾਂ ਨੂੰ ਇਹ ਝਾਂਸਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਸਾਡੀ ਗੈਂਗ ਦੇ ਵਿੱਚ ਸ਼ਾਮਲ ਹੋਵੋ ਤੁਹਾਨੂੰ ਦੱਸ ਦਈਏ ਕਿ ਗੋਡੀ ਬਰਾੜ ਦਾ ਇਹ ਜਿਹੜਾ ਕਾਰਾ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਉਦਾਹਰਣ ਹੈ ਐਗਜ਼ੈਂਪਲ ਹੈ ਉਹ ਹੈ ਅੰਕਿਤ ਸਿਰਸਾ ਤੁਹਾਨੂੰ ਦੱਸਦੇ ਕਿ ਅੰਕਿਤ ਸਿਰਸਾ 17.5 ਸਾਲ ਦਾ ਨੌਜਵਾਨ ਜਿਸ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਆਪਣਾ ਯੋਗਦਾਨ ਪਾਇਆ ਥਾਂਦਾ ਸੀ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਉਹਨਾਂ 6 ਸ਼ੂਟਰਜ਼ ਦੇ ਵਿੱਚ ਅੰਕਿਤ ਸਿਰਸਾ ਦਾ ਨਾਮ ਵੀ ਸ਼ਾਮਿਲ ਹੈ ਤੁਹਾਨੂੰ ਦੱਸਦੇ ਕਿ 17.5 ਸਾਲ ਦੀ ਉਸ ਦੀ ਉਮਰ ਹੈ ਉਹਨੇ ਪੁੱਛਗਛ ਦੌਰਾਨ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੂੰ ਇਹ ਦੱਸਿਆ ਸੀ ਕਿ ਗੋਲਡੀ ਬ੍ਰਾਂਡ ਨਾਲ ਮੇਰੀ ਗੱਲ ਹੋਈ ਸੀ ਔਰ ਉਹਨੇ ਮੈਨੂੰ ਕਿਹਾ ਸੀ ਕਿ ਤੈਨੂੰ ਮੈਂ ਹਰਿਆਣੇ ਦਾ ਡਾਊਨ ਬਣਾ ਦੇਵਾਂਗਾ ਤੇਰੀ ਗੱਲਬਾਤ ਬਣਾ ਦੇਵਾਂਗਾ ਐਨੀ ਕਿ ਤੂੰ ਜਿਸ ਵੀ ਸ਼ਖਸ ਕੋਲੋਂ ਫਰौती ਮੰਗੇਗਾ ਤੈਨੂੰ ਲੱਖਾਂ ਕਰੋੜਾਂ ਰੁਪਏ ਦੀ ਫਰौती ਮਿਲਣੀ ਸ਼ੁਰੂ ਹੋ ਜਾਏਗੀ ਇਦਾਂ ਦੇ ਝਾਂਸੇ ਇਦਾਂ ਦੇ ਲਾਲਚ ਜਿਹੜੇ ਨੇ ਉਹਨਾਂ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਫਿੱਟ ਕੀਤੇ ਜਾਂਦੇ ਨੇ ਤਾਂ ਕਿ ਉਹ ਇਸ ਭੇੜੇ ਕਾਰੇ ਦੇ ਵਿੱਚ ਸ਼ਾਮਲ ਹੋ ਜਾਣ ਤੁਹਾਨੂੰ ਦੱਸ ਦਈਏ ਕਿ ਬੰਮੀ ਆਹ ਗਰੁੱਪ ਦੀ ਗੱਲ ਹੋਵੇ ਲਾਰੈਂਸ ਬਿਸ਼ਨੋਈ ਗਰੁੱਪ ਦੀ ਗੱਲ ਹੋਵੇ ਪਰ ਇਹਨਾਂ ਗਰੁੱਪਸ ਦੇ ਉੱਤੇ ਕਦੋਂ ਜਿਹੜੀ ਹੈ ਉਹ ਨਕੇਲ ਕੱਸੀ ਜਾਵੇਗੀ ਕਦੋਂ ਪ੍ਰਸ਼ਾਸਨ ਇਹਨਾਂ ਗਰੁੱਪਸ ਦੇ ਗੈਂਗਸਟਰਜ਼ ਦੇ ਉੱਤੇ ਨਕੇਲ ਕੱਸੇਗਾ ਫਿਲਹਾਲ ਕੋਈ ਵੀ ਸੂਰਤਿ ਹਾਲ ਨਜ਼ਰ ਨਹੀਂ ਆਉਂਦੀ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਗੈਂਗਸਟਰਸ ਇੱਕ ਦੂਸਰੇ ਨੂੰ ਧਮਕੀਆਂ ਦਿੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਧਮਕੀਆਂ ਮਿਲਦੀਆਂ ਨੇ ਮੁੱਠ ਭੇੜ ਹੁੰਦੀ ਆ ਪਰ ਪੁਲਿਸ ਕੁਝ ਵੀ ਨਹੀਂ ਕਰ ਪਾਉਂਦੀ ਔਰ ਇਹਨਾਂ ਗੈਂਗਸਟਰਸ ਦੇ ਹੌਸਲੇ ਸ਼ਾਇਦ ਇਸੇ ਲਈ بلند ਹੁੰਦੇ ਜਾ ਰਹੇ ਨੇ ਇਸੇ ਲਈ ਉਹ ਆਪਣੀਆਂ ਭਰਤੀਆਂ ਕਰ ਰਹੇ ਨੇ ਬੰਬੀਹਾ ਗਰੁੱਪ ਪੋਸਟ ਦੇ ਵਿੱਚ ਲਿਖਦਾ ਕਿ 17 ਤੋਂ 21 ਸਾਲ ਦੇ ਨੌਜਵਾਨ ਚਾਹੀਦੇ ਨੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਸਾਨੂੰ ਕਾਲ ਕਰਨ ਸ਼ਰਯਾਮ ਇਹ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਪਰ ਸਾਈਬਰ ਸੈੱਲ ਵੱਲੋਂ ਕੋਈ ਤਫ਼ਤੀਸ਼ ਨਹੀਂ ਕੀਤੀ ਜਾਂਦੀ ਕਿ ਇਹ ਪੋਸਟਾਂ ਕੌਣ ਪਾ ਰਿਹਾ ਉਨਾ ਤੱਕ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਫੜਿਆ ਜਾਵੇ ਸ਼ਾਇਦ ਇਹ ਖਾਬੋ خیال ਵੀ ਪੰਜਾਬ ਪੁਲਿਸ ਦੇ ਦਿਮਾਗ ਦੇ ਵਿੱਚ ਨਹੀਂ ਆਉਂਦਾ